ਅੰਬਾਲਾ ਦੀ ਹੀਰਾ ਨਗਰ ਕਲੋਨੀ ਦੇ ਲੋਕ ਗੰਦਾ ਪਾਣੀ ਪੀਣ ਦੇ ਲਈ ਮਜਬੂਰ। ਕਲੋਨੀ ਨਿਵਾਸੀਆਂ ਨੇ ਕੀਤੀ ਪ੍ਰਸ਼ਾਸਨ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ। ਆਜ਼ਾਦ ਟੀਵੀ ਨਿਊਜ਼ ਦੇ ਨਾਲ ਗੱਲਬਾਤ ਕਰਦਿਆਂ ਕਲੋਨੀ ਵਾਸੀਆਂ ਨੇ ਦੱਸਿਆ ਕਿ ਉਹ ਇੱਕ ਹਫ਼ਤੇ ਤੋਂ ਗੰਦਾ ਪਾਣੀ ਪੀਣ ਲਈ ਮਜਬੂਰ ਹੋ ਰਹੇ ਹਨ। ਗੰਦਾ ਪਾਣੀ ਪੀਣ ਦੇ ਨਾਲ ਕਈ ਬੱਚੇ ਉਲਟੀਆਂ ਦੇ ਨਾਲ ਬਿਮਾਰ ਹੋ ਗਏ ਹਨ। ਇਸ ਸੰਬੰਧੀ ਜਦੋਂ ਐਕਸ਼ਨ ਰਮੇਸ਼ ਕੁਮਾਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮਾਂ ਜੀ ਜੇਈ ਨੂੰ ਭੇਜ ਕੇ ਲੋਕਾਂ ਦੀ ਇਹ ਸਮੱਸਿਆ ਜਲਦੀ ਹੀ ਹੱਲ ਕਰਵਾਵਾਂਗਾ। ਕੀ ਨਾਂ ਆਪਣਾ? ਮੇਰਾ ਨਾਮ ਬਲਰਾਜ ਹੈ ਜੀ। ਹਾਂਜੀ, ਕਿਹੜੀ ਕਾਲਜ ਤੋਂ? ਮੈਂ ਆਪਣਾ ਬਿਹਾਰ ਹੀਰਾ ਨਗਰ ਚਰੰਦਾ ਜੀ। ਮੇਰਾ ਪਲਾਟ ਨੰਬਰ 88 ਹੈ ਜੀ। ਸਾਡੇ ਘਰ 'ਚ ਪਾਣੀ ਬਿਲਕੁਲ ਗੰਦਾ ਆ ਰਿਹਾ ਜੀ, ਬਿਲਕੁਲ ਬਦਬੂ ਵਾਲਾ ਪਾਣੀ ਆ ਰਿਹਾ ਜੀ। ਬੱਚਿਆਂ ਦਾ ਬਿਮਾਰ ਹੋਣੇ ਦਾ ਖਤਰਾ ਹੈਗਾ। ਇਹ ਕਿੰਨੇ ਦਿਨ ਤੋਂ ਹੈ ਜੀ? ਇਹ ਹਫ਼ਤਾ ਹੀ ਹੋ ਗਿਆ ਜੀ ਪੂਰਾ। ਤੁਸੀਂ ਮਹਿਕਮੇ 'ਚ ਕਿਹਾ ਕਿਸੇ ਨਾਲ ਗੱਲ ਹੋਈ ਤੁਹਾਡੀ ਪਹਿਲਾਂ? ਮਹਿਕਮੇ ਨਾਲ ਗੱਲ ਭਾਈ ਸਾਹਿਬ ਕਰਕੇ ਆਏ ਹਾਂ ਜੀ ਗੱਲ ਤਾਂ। ਹਾਂਜੀ, ਐਕਸ਼ਨ ਸਾਹਿਬ ਨਾਲ ਵੀ ਕਰ ਲਈ ਹੈ, 2-3 ਵਾਰੀ ਰਿਪੀਟ ਵੀ ਕੀਤੀ ਹੈ, ਲੇਕਿਨ ਕੋਈ ਗੌਰ ਨਹੀਂ ਕੀਤੀ ਗਈ। ਸਾਡੇ ਬੱਚੇ ਬਿਮਾਰ, ਚੱਟੀਆਂ ਉਲਟੀਆਂ ਲੱਗ ਰਹੀਆਂ, ਪੇਟ ਦਰਦ ਹੋ ਰਿਹਾ ਜੀ, ਪਾਣੀ ਗੰਦਾ ਆਉਣ ਕਰਕੇ ਸਮੈਲ ਵਾਲਾ ਪਾਣੀ ਆਉਂਦਾ ਜੀ। ਇਹਨਾਂ ਜਿਹੜੀ ਦਿਲਬਾਗ ਸਿੰਘ, ਕਿਹੜੀ ਕਲੋਨੀ ਦਾ? ਹਾਂਜੀ, ਕੀ ਸਮੱਸਿਆ ਪਾਣੀ ਦੀ ਜੀ? ਪਾਣੀ ਦੀ ਸਮੱਸਿਆ 4-5 ਦਿਨ ਹੋ ਗਏ ਨੇ, ਗੰਦਾ ਪਾਣੀ ਆ ਰਿਹਾ। ਅਤੇ ਸਾਡੀ ਇਹ ਜਿਹੜਾ ਬੰਦ ਕਰ ਦਿੱਤਾ ਜਾਂਦਾ, ਇਹਦੀ ਵਜ੍ਹਾ ਕਰਕੇ ਮੋਟਰਾਂ ਚਲਾਈਆਂ, ਪਾਣੀ ਬਹੁਤ ਜ਼ਿਆਦਾ ਗੰਦਾ ਖਿੱਚਦੀਆਂ ਨੇ। ਇਸ ਸੰਬੰਧੀ ਤੁਸੀਂ ਕਿਹਾ ਕਿਸੇ ਨੂੰ ਪਹਿਲਾਂ ਗੱਲ? ਸਾਡੇ ਰੂਪ ਚੰਦ ਜੀ ਨੇ ਕੋਈ ਐਪਲੀਕੇਸ਼ਨ ਦਿੱਤੀ ਜਲ ਵਿਭਾਗ ਨੂੰ, ਸੁਣਿਆ ਨਹੀਂ ਜਾਂਦਾ। ਸਰ, ਜਿਹੜੀ ਅੰਬਾਲੇ 'ਚ ਹੀਰਾ ਨਗਰ ਕਲੋਨੀ ਦੇ ਵਿੱਚ ਗੰਦੇ ਪਾਣੀ ਦੀ ਸਮੱਸਿਆ ਸੀਗੀ, ਇਹਦੇ ਬਾਰੇ ਆਪਾਂ ਕੀ ਜਾਣਕਾਰੀ ਦੇਣੀ ਚਾਹੁੰਦੇ? ਇਸਮੇ ਜੋ ਸਲੋ ਸਵਾਲ ਥਾ ਜੋ ਓਪਰੇਟ ਕਰਨੇ ਕੇ ਲੀਏ, ਅੱਧੇ ਲੋਕ ਕੁਛ ਕਹਿ ਰਹੇ ਵੀ ਇਸਕੋ ਓਪਰੇਟ ਮਤ ਕਰੋ, ਕੁਛ ਲੋਕ ਕਹਿ ਰਹੇ ਇਸਕੋ ਓਪਰੇਟ ਕਰੋ, ਇਸਕੋ ਉਹ ਸਮੱਸਿਆ ਸੋਲਵ ਹੋ ਜਾਏਗੀ। ਅਬ ਤੋਂ ਬੋਲਦੇ ਵੀ ਇਸਕੋ ਓਪਰੇਟ ਕਰਕੇ ਲੋਕ ਕਰ ਦੇਗੇ, ਬਾਕੀ ਕੋਈ ਪਬਲਿਕ ਇਸਕੋ ਯੋਜਨਾ ਖੁਦ ਦਾ ਓਪਰੇਟ ਕਰੇ। ਅੰਬਾਲਾ ਤੋਂ ਸਿਮਰਨ ਕੌਰ ਦੇ ਨਾਲ ਰਜਿੰਦਰ ਮੋਹੀ, ਆਜ਼ਾਦ ਟੀਵੀ ਨਿਊਜ਼।